ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸੰਗਤ ਜੀ, ਪਾਤਸ਼ਾਹ ਦਾ ਜੀਵਨ ਬਿਰਤਾਂਤ ਅੱਗੇ ਵਧਾਉਂਦੇ ਹੋਏ, ਲੋਕਾਂ ਨੂੰ ਆਪੋ ਆਪਣੇ ਘਰਾਂ ਵਿੱਚ ਵਾਪਸ ਕਰਕੇ ਅਤੇ ਇਮਨਾਬਾਦ ਦੀ ਹਾਲਤ ਉੱਤੇ ਬੀਤੀ ਵਾਰਤਾ ਦੇ ਆਪਣੇ ਡੂੰਘੇ ਵਿਚਾਰ ਪ੍ਰਗਟ ਕਰਕੇ ਗੁਰੂ ਜੀ ਪਸਰੂਰ ਦੇ ਰਸਤੇ ਕਰਤਾਰਪੁਰ ਆਪਣੇ ਪਰਿਵਾਰ ਆ ਗਏ। ਇੱਥੇ ਆਣ ਕੇ ਗੁਰੂ ਜੀ ਨੇ ਫਕੀਰੀ ਭੇਸ ਦੇ ਕੱਪੜੇ ਉਤਾਰ ਕੇ ਗ੍ਰਸਤੀ ਪਹਿਨ ਲਏ। ਭਾਈ ਗੁਰਦਾਸ ਜੀ ਇਸ ਪ੍ਰਥਾਏ ਇਉਂ ਵਰਣਨ ਕਰਦੇ ਹਨ, ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਕਲ ਉਤਾਰਾ, ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਇੱਥੇ ਬੈਠ ਕੇ ਗੁਰੂ ਜੀ ਨੇ ਆਏ ਗਏ ਅਤਿਥੀ ਸਾਧੂ ਸੰਤ ਅਤੇ ਸਿੱਖ ਸੇਵਕਾਂ ਨੂੰ ਲੰਗਰ ਵਾਸਤੇ ਖੇਤੀ ਕਰਨੀ ਆਰੰਭ ਕਰ ਦਿੱਤੀ। ਜੋ ਅੰਨ ਦਾਣਾ ਆਉਂਦਾ ਉਸ ਦਾ ਸਦਾ ਹੀ ਅਟੁੱਟ ਲੰਗਰ ਲੱਗਾ ਰਹਿੰਦਾ। ਇੱਥੇ ਕਰਤਾਰਪੁਰ ਗੁਰੂ ਜੀ ਪਾਸ ਬੇਅੰਤ ਸਿੱਖ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਸਨ ਅਤੇ ਅਨੇਕ ਪ੍ਰਕਾਰ ਦੀ ਭੇਟਾ ਹਾਜ਼ਰ ਕਰਦੀਆਂ ਸਨ, ਪਰ ਆਪ ਜੀ ਕਿਸੇ ਦੀ ਨਗਦ ਭੇਟਾ ਅੰਗੀਕਾਰ ਨਹੀਂ ਸਨ ਕਰਦੇ। ਜੈਸਾ ਕਿ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਮਾਨਵ ਖਿਲੈ ਅਨੇਕ ਹਜ਼ਾਰਾ, ਸਰਬ ਦੇਗ ਤੇ ਖਾਈ ਅਹਾਰਾ, ਸਰਬ ਉਪਾਇਨ ਅਨ ਹੈ ਕੋਈ, ਕਿਹ ਕੇ ਲਿਹੈ ਫਿਰ ਹੈ ਸਈ। ਇਸ ਗੱਲ ਨਾਲ ਗੁਰੂ ਜੀ ਨੇ ਇਹ ਸਪਸ਼ਟ ਕਰ ਦਿੱਤਾ ਕਿ ਗ੍ਰਸਤੀ ਨੂੰ ਪੂਜਾ ਦਾ ਧਨ ਭੇਟਾ ਨਹੀਂ ਲੈਣਾ ਚਾਹੀਦਾ, ਸਗੋਂ ਆਪ ਕਿਰਤ ਕਰਕੇ ਖਾਣਾ ਅਤੇ ਹੋਰ ਲੋੜਵੰਦਾਂ ਨੂੰ ਖਵਾਉਣਾ ਚਾਹੀਦਾ ਹੈ। ਬਟਾਲੇ ਦੇ ਪਾਸ ਹੀ ਸਿੱਧਾਂ ਦਾ ਇੱਕ ਅਸਥਾਨ ਹੈ ਜੋ ਅਚਲ ਬਟਾਲਾ ਕਰਕੇ ਪ੍ਰਸਿੱਧ ਹੈ। ਇੱਥੇ ਹਰ ਸਾਲ ਸ਼ਿਵਰਾਤਰੀ ਨੂੰ ਮੇਲਾ ਲੱਗਦਾ ਸੀ, ਜਿਸ ਵਿੱਚ ਸਿੱਧਾਂ ਯੋਗੀਆਂ ਦਾ ਬਹੁਤ ਇਕੱਠ ਹੁੰਦਾ ਸੀ ਅਤੇ ਉਹ ਆਪਣੀਆਂ ਕਰਾਮਾਤਾਂ ਵਿਖਾ ਕੇ ਲੋਕਾਂ ਤੋਂ ਮਾਣ ਵਡਿਆਈ ਅਤੇ ਪੂਜਾ ਕਰਾਉਂਦੇ ਸਨ। ਇਸ ਵਾਰ ਗੁਰੂ ਜੀ ਵੀ ਅਜੀਤੇ ਰੰਧਾਵੇ ਨੂੰ ਨਾਲ ਲੈ ਕੇ ਮੇਲੇ ਉੱਤੇ ਅਚਲ ਬਟਾਲੇ ਪਹੁੰਚ ਗਏ। ਭਾਈ ਗੁਰਦਾਸ ਜੀ ਇਉਂ ਲਿਖਦੇ ਹਨ, ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ, ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੁਕਾਈ, ਲੱਗੀ ਬਰਸਣ ਲੱਛਮੀ ਰਿੱਧ ਸਿੱਧ ਨੌ ਨਿੱਧ ਸਵਾਈ, ਜੋਗੀ ਵੇਖ ਚਲਿੱਤਰ ਨੌ ਮਣ ਰਿਸ਼ਕ ਕਨੇਰੀ ਖਾਈ, ਭਗਤੀਆਂ ਭਾਈ ਭਗਤ ਆਣ ਲੋਟਾ, ਜੋਗੀ ਲਾਇਆ ਛਪਾਈ, ਭਗਤੀਆਂ ਗਈ ਭਗਤ ਭੁੱਲ ਲੋਟੇ, ਅੰਦਰ ਸੂਰਤ ਭੁਲਾਈ, ਬਾਬਾ ਜਾਣੀ ਜਾਣ ਪੁਰਖ, ਕੱਢਿਆ ਲੋਟਾ ਜਹਾਂ ਲੁਕਾਈ, ਵੇਖ ਚਲਤ ਜੋਗੀ ਖੁਨਸਾਈ। ਇਸ ਦਾ ਅਰਥ ਇਉਂ ਲਿਖਦੇ ਹਨ, ਗੁਰੂ ਜੀ ਜਦ ਮੇਲੇ ਵਿੱਚ ਗਏ ਤਾਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਸਾਰੇ ਲੋਕ ਜੋਗੀਆਂ ਨੂੰ ਛੱਡ ਕੇ ਗੁਰੂ ਜੀ ਪਾਸ ਆ ਗਏ ਅਤੇ ਗੁਰੂ ਜੀ ਅੱਗੇ ਮਾਇਆ ਦੇ ਢੇਰ ਲੱਗ ਗਏ। ਇਸ ਕੋਤਕ ਨੂੰ ਵੇਖ ਕੇ ਜੋਗੀਆਂ ਨੂੰ ਬੜੀ ਈਰਖਾ ਆਈ। ਗੁਰੂ ਜੀ ਪਾਸ ਉਸ ਸਮੇਂ ਲੋਕਾਂ ਦਾ ਇਕੱਠ ਵੇਖ ਕੇ ਰਾਸਧਾਰੀਆਂ ਨੇ ਉੱਥੇ ਰਾਸ ਆਣ ਪਾਈ। ਈਰਖਾ ਕਰਕੇ ਜੋਗੀਆਂ ਨੇ ਉਹਨਾਂ ਦਾ ਪੈਸਿਆਂ ਵਾਲਾ ਲੋਟਾ ਲੁਕਾ ਦਿੱਤਾ। ਜਾਨੀ ਜਾਣ ਗੁਰੂ ਜੀ ਨੇ ਜੋਗੀਆਂ ਦਾ ਮਾਣ ਤੋੜਨ ਵਾਸਤੇ ਉਹਨਾਂ ਦਾ ਲੁਕਾਇਆ ਹੋਇਆ ਲੋਟਾ ਪ੍ਰਗਟ ਕਰ ਦਿੱਤਾ। ਇਹ ਕੋਤਕ ਵੇਖ ਕੇ ਜੋਗੀਆਂ ਨੂੰ ਕ੍ਰੋਧ ਆ ਗਿਆ ਅਤੇ ਉਹ ਗੁਰੂ ਜੀ ਨਾਲ ਚਰਚਾ ਕਰਨ ਲੱਗੇ। ਇਸ ਚਰਚਾ ਨੂੰ ਭਾਈ ਗੁਰਦਾਸ ਜੀ ਇਉਂ ਵਰਣਨ ਕਰਦੇ ਹਨ, ਖਾਧੀ ਖੁਣਸ ਜਗੀਸ਼ਰਾਂ, ਗੋਸ਼ਟ ਕਰਨ ਸਭੇ ਉਠਿਆਈ, ਪੁੱਛੇ ਜੋਗੀ ਭ੍ਰਗਨਾਥ, ਤੂੰ ਦੁੱਧ ਵਿੱਚ ਕਿਉਂ ਕਾਜੀ ਪਾਈ, ਫਿੱਟਿਆ ਚਾਟਾ ਦੁੱਧ ਦਾ, ਰਿੜਕਿਆ ਮੱਖਣ ਹੱਥ ਨਾ ਆਈ, ਭੇਖ ਹੀ ਉਤਾਰ ਉਦਾਸ ਦਾ, ਵੱਤ ਕਿਉਂ ਸੰਸਾਰੀ ਰੀਤ ਚਲਾਈ। ਅਰਥਾਤ ਜੋਗੀ ਈਰਖਾ ਕਰਕੇ ਸਾਰੇ ਉੱਠ ਕੇ ਗੁਰੂ ਜੀ ਪਾਸ ਚਰਚਾ ਕਰਨ ਆ ਗਏ। ਆਉਂਦੇ ਹੀ ਭੰਗਰ ਨਾਥ ਜੋਗੀ ਨੇ ਗੁੱਸੇ ਨਾਲ ਕਿਹਾ, ਤੁਸਾਂ ਦੁੱਧ ਵਿੱਚ ਕਾਂਜੀ ਪਾ ਦਿੱਤੀ ਹੈ, ਜਿਸ ਨਾਲ ਦੁੱਧ ਦਾ ਸਾਰਾ ਮਟਕਾ ਹੀ ਫਿੱਟ ਗਿਆ ਹੈ, ਇਸ ਨੂੰ ਰਿੜਕਣ ਨਾਲ ਮੱਖਣ ਨਹੀਂ ਨਿਕਲੇਗਾ, ਕਿਉਂਕਿ ਤੁਸਾਂ ਉਦਾਸੀ ਦਾ ਭੇਖ ਉਤਾਰ ਕੇ ਫਿਰ ਗ੍ਰਸਤ ਨੂੰ ਕਿਉਂ ਧਾਰਨ ਕਰ ਲਿਆ ਹੈ। ਇਸ ਦਾ ਉੱਤਰ ਗੁਰੂ ਜੀ ਨੇ ਭਾਈ ਗੁਰਦਾਸ ਜੀ ਦੇ ਸ਼ਬਦਾਂ ਅਨੁਸਾਰ ਇਹ ਦਿੱਤਾ ਕਿ ਨਾਨਕ ਆਖੇ ਭਗਰ ਨਾਥ, ਤੇਰੀ ਮਾਇਓ ਕੁਚੱਜੀ ਆਈ।
ਭਾਂਡਾ ਧੋਏ ਨਾ ਜਤਿਉਣ ਭਾਈ ਕੁੱਚੇ ਫੁੱਲ ਸੜਾਈ। ਹੋਏ ਅਤੀਤ ਗ੍ਰਸਤ ਤਜ ਫਿਰ ਉਨਹੂੰ ਘਰ ਮੰਗਣ ਜਾਈ ਬਿਨ ਦਿੱਤੇ ਕਿਛ ਹੱਥ ਨਾ ਆਈ। ਹੇ ਭੰਗਰਨਾਥ ਤੇਰੀ ਮਾਂ ਕੁਚੱਜੀ ਸੀ ਜਿਸਨੇ ਭਾਂਡਾ ਚੰਗੀ ਤਰ੍ਹਾਂ ਸਾਫ਼ ਕਰਕੇ ਧੋਣ ਤੋਂ ਬਿਨਾਂ ਹੀ ਦੁੱਧ ਨੂੰ ਜਾਗ ਲਾ ਦਿੱਤੀ ਜਿਸ ਦਾ ਫਲ ਇਹ ਹੋਇਆ ਕਿ ਤੂੰ ਗ੍ਰਸਤ ਨੂੰ ਛੱਡ ਕੇ ਅਤੀਤ ਹੋਇਆ ਪਰ ਫਿਰ ਖਾਣ ਪਹਿਨਣ ਵਾਸਤੇ ਗ੍ਰਸਤੀਆਂ ਦੇ ਘਰ ਹੀ ਮੰਗਣ ਜਾਂਦਾ ਹੈ। ਗੁਰੂ ਜੀ ਦਾ ਇਹ ਉੱਤਰ ਸੁਣ ਕੇ ਜੋਗੀ ਗੁੱਸੇ ਨਾਲ ਕਿਲਕਾਰੀਆਂ ਮਾਰ ਕੇ ਆਪਣੇ ਬਹੁਤ ਭਿਆਨਕ ਰੂਪ ਧਾਰਨ ਕਰਕੇ ਗੁਰੂ ਜੀ ਨੂੰ ਡਰਾਉਣ ਲੱਗੇ। ਭਾਈ ਗੁਰਦਾਸ ਜੀ ਇਹਨਾਂ ਰੂਪਾਂ ਦਾ ਵਰਣਨ ਕਰਦੇ ਹਨ। ਇਹ ਸੁਣ ਬੱਚਣ ਜੋਗੀ ਸਰਾ ਮਾਰ ਕਿਲਕ ਬਹੁ ਰੂਪ ਉਠਾਈ ਖੱਟ ਦਰਸਨ ਕਿਉ ਖੇਦਿਆ ਕਲਯੁਗ ਬੇਦੀ ਨਾਨਕ ਆਈ। ਸਿੱਧ ਬੋਲਣ ਸਭ ਔਖ ਦੀਆਂ ਤੰਤਰ ਮੰਤਰ ਕੀ ਧਨੋ ਚੜਾਈ ਰੂਪ ਵਡਾਇਆ ਜੋਗੀਆਂ ਸਿੰਘ ਬਾਗ ਬਹੁ ਚਲਿਤ ਦਿਖਾਈ। ਇੱਕ ਪਰ ਕਰਕੇ ਉਡਰਨ ਪੰਖੀ ਜਿਵੇਂ ਰਹੇ ਲਿਲਾਈ ਇੱਕ ਨਾਗ ਹੋਈ ਪਵਨ ਛੋੜ ਇੱਕਣਾ ਵਰਖਾ ਅਗਨ ਵਸਾਈ। ਤਾਰੇ ਤੋੜੇ ਭਗਰਨਾਥ ਇੱਕ ਚੜ ਮਿਰਗਾਨੀ ਜਲ ਤਰ ਜਾਈ ਸਿੱਧਾ ਅਗਨ ਨ ਬੁੱਝੇ ਬੁਝਾਈ। ਜਦ ਸਿੱਧਾਂ ਦੇ ਅਜਿਹੇ ਕਰਤੱਵ ਵੇਖ ਕੇ ਲੋਕ ਡਰਨ ਲੱਗੇ ਤਾਂ ਗੁਰੂ ਜੀ ਨੇ ਅਜੀਤੇ ਰੰਧਾਵੇ ਨੂੰ ਕਿਹਾ, ਚੌਧਰੀ ਸਤਨਾਮ ਦਾ ਨਾਮ ਲੈ ਕੇ ਇਹਨਾਂ ਲੋਕਾਂ ਦੇ ਚਫੇਰੇ ਲਕੀਰ ਖਿੱਚ ਦੇ, ਫਿਰ ਇਸ ਦੇ ਅੰਦਰ ਸਿੱਧਾਂ ਦੀ ਕੋਈ ਸ਼ਕਤੀ ਨਹੀਂ ਚੱਲੇਗੀ। ਅਜੀਤੇ ਨੇ ਕਿਹਾ, ਜਦ ਇਸ ਤਰ੍ਹਾਂ ਹੀ ਕੀਤਾ ਤਾਂ ਲੋਕ ਨਿਰਭੈ ਹੋ ਕੇ ਖੜ੍ਹੇ ਹੋ ਗਏ। ਗੁਰੂ ਜੀ ਦੀ ਇਸ ਸ਼ਕਤੀ ਨੂੰ ਵੇਖ ਕੇ ਸਿੱਧਾਂ ਨੇ ਜੋ ਕਿਹਾ ਉਸ ਨੂੰ ਭਾਈ ਗੁਰਦਾਸ ਜੀ ਵਰਣਨ ਕਰਦੇ ਹਨ। ਸਿੱਧ ਬੋਲੇ, ਸੁਣ ਨਾਨਕਾ ਤੂੰ ਜੱਗ ਨੂੰ ਕਰਾਂ ਮਾਤ ਦਿਖਲਾਈ ਕੁਛ ਦਿਖਾਈ ਅਸਾਂ ਵੀ ਤੂੰ ਕਿਉਂ ਢਿੱਲ ਅਜਿਹੀ ਲਾਈ। ਗੁਰੂ ਜੀ ਨੇ ਜੋ ਉੱਤਰ ਦਿੱਤਾ, ਬਾਬਾ ਬੋਲੇ ਨਾਥ ਜੀ ਅਸਾਂ ਵੇਖੇ ਜੋਗੀ ਵਸਤ ਨਕਾਈ ਗੁਰੂ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਈ। ਸ਼ਿਵ ਰੂਪੀ ਕਰਤਾ ਪੁਰਖ ਚੱਲੇ ਨਾਹੀਂ ਧਰਤ ਚਲਾਈ ਸਿੱਧ ਤੰਤਰ ਮੰਤਰ ਘਰ ਚੜ ਪਏ ਸ਼ਬਦ ਗੁਰੂ ਕੈ ਕਲਾ ਛਪਾਈ। ਦਦੇ ਦਾਤਾ ਏਕ ਹੈ ਕੱਕੇ ਕੀਮਤ ਕਿਨੈ ਨਾ ਪਾਈ ਸੋ ਦੀਨ ਨਾਨਕ ਸਤਿਗੁਰ ਸਰਨਾਈ। ਭਾਵ ਹੈ ਕਿ ਸਿੱਧਾਂ ਨੇ ਭਾਵੇਂ ਬਹੁਤ ਤੰਤਰ ਮੰਤਰ ਕੀਤੇ ਪਰ ਗੁਰੂ ਜੀ ਧਰਤੀ ਵਾਂਗ ਅਡੋਲ ਹੀ ਬੈਠੇ ਰਹੇ। ਸਿੱਧਾਂ ਦੀ ਸ਼ਕਤੀ ਗੁਰੂ ਜੀ ਦੇ ਸ਼ਬਦ ਨੇ ਮਾਤ ਪਾ ਦਿੱਤੀ। ਸਿੱਧ ਦੀਨ ਹੋ ਕੇ ਗੁਰੂ ਜੀ ਦੇ ਚਰਨੀ ਪੈ ਗਏ। ਸਿੱਧਾਂ ਨੂੰ ਸ਼ਰਨ ਆਇਆ ਵੇਖ ਕੇ ਉਹਨਾਂ ਨੂੰ ਗੁਰੂ ਜੀ ਨੇ ਜੋ ਬਚਨ ਕਹੇ ਉਹ ਭਾਈ ਗੁਰਦਾਸ ਜੀ ਇਉਂ ਲਿਖਦੇ ਹਨ। ਬਾਬਾ ਬੋਲੇ ਨਾਥ ਜੀ ਸ਼ਬਦ ਸੁਣ ਹੈ ਸੱਚ ਮਖੈ ਅਲਾਈ ਬਾਜੈ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਥੇ ਤੇ ਨਾਹੀ ਬਸਤਰ ਪਹਿਰੋ ਅਗਨ ਕੇ ਬਰਫ ਹਿਮਾਲੇ ਮੰਦਰ ਛਾਈ ਕਰੋ ਰਸੋਈ ਸਾਰ ਦੀ ਸਗਲੀ ਧਰਤੀ ਨੱਥ ਚਲਾਈ ਏਵਡ ਕਰੀ ਵਿਥਾਰ ਕਿਉਂ ਸਗਲੀ ਧਰਤੀ ਹੱਕੀ ਜਾਈ ਤੋਲੀ ਧਰਤ ਆਕਾਸ਼ ਦੋਈ ਪਿੱਛੇ ਛਾਬੇ ਟੰਕ ਚੜਾਈ ਇਹ ਬਲ ਰੱਖਾਂ ਆਪ ਵਿੱਚ ਜਿਸ ਆਖਾਂ ਤਿਸ ਪਾਰ ਕਰਾਈ ਸਤ ਨਾਮ ਬਿਨ ਬਾਦਰ ਛਪਾਈ। ਗੁਰੂ ਜੀ ਨੇ ਕਿਹਾ, ਨਾਥ ਜੀ ਭਾਵੇਂ ਮੇਰੇ ਵਿੱਚ ਸਾਰੀਆਂ ਵੱਡੀਆਂ ਤੋਂ ਵੱਡੀਆਂ ਸ਼ਕਤੀਆਂ ਵੀ ਹੋਣ ਅਤੇ ਮੈਂ ਸਭ ਕੁਛ ਆਪਣੇ ਹੁਕਮ ਵਿੱਚ ਕਰ ਲਵਾਂ ਪਰ ਸਤਨਾਮ ਤੋਂ ਬਿਨਾਂ ਸਭ ਸ਼ਕਤੀਆਂ ਇੱਕ ਬੱਦਲ ਦੀ ਛਾਂ ਹਨ। ਜਦ ਗੁਰੂ ਜੀ ਨੇ ਸਿੱਧਾਂ ਉੱਤੇ ਇਸ ਤਰ੍ਹਾਂ ਜਿੱਤ ਪ੍ਰਾਪਤ ਕਰ ਲਈ ਤਾਂ ਸਿੱਧਾਂ ਨੇ ਜੋ ਕਿਹਾ ਉਸਨੂੰ ਭਾਈ ਗੁਰਦਾਸ ਜੀ ਇਉਂ ਵਰਣਨ ਕਰਦੇ ਹਨ। ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ। ਇਸ ਤਰ੍ਹਾਂ ਗੁਰੂ ਜੀ ਦੀ ਵਡਿਆਈ ਕਰਦੇ ਹੋਏ ਸਿੱਧ ਆਦੇਸ਼ ਆਦੇਸ਼ ਕਰਕੇ ਉੱਠ ਕੇ ਚਲੇ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।